ਹਾਂਜੀ, ਕੀ ਹਾਲ ਚਾਲ ਆ ਬਾਈ ਸਾਰਿਆਂ ਦੇ? ਇੱਕ ਵਾਰ ਫਿਰ ਤੋਂ ਵੈਲਕਮ ਆ ਤੁਹਾਡਾ ਆਪਣੇ ਨਵੇਂ ਫਾਰਮ 'ਤੇ। ਆਪਾਂ ਨੇ ਬਾਈ ਮੈਪ ਚੇਂਜ ਕੀਤਾ ਕਿਉਂਕਿ ਮੈਪ ਦੇ ਵਿੱਚ ਆਪਾਂ ਨੇ ਦੁਬਾਰਾ ਸਟਾਰਟ ਕਰਨਾ ਹੈ। ਇਸ ਮੈਪ ਦੇ ਵਿੱਚ ਜਿਹੜਾ ਆਪਾਂ ਹੁਣ ਸਟਾਰਟ ਕੀਤਾ, ਵੀਡੀਓ ਨੂੰ ਪੂਰਾ ਦੇਖਿਓ, ਠੀਕ ਹੈ ਜੀ? ਕਿਉਂਕਿ ਤੁਹਾਡੇ ਲਈ ਮੈਂ ਇੱਕ ਆ ਦੇਖੋ ਨਾਟ 11 ਲੈ ਕੇ ਆਇਆ ਨਵਾਂ, ਜਿਹੜਾ ਕਿ ਤੁਸੀਂ ਹੁਣ ਤੱਕ ਪੂਰੀ ਯੂਟਿਊਬ 'ਤੇ ਨਹੀਂ ਦੇਖਿਆ ਹੋਣਾ, ਠੀਕ ਹੈ ਜੀ? ਇਹ ਇੱਕ ਨਵੇਂ ਤਰੀਕੇ ਦਾ ਨਾਟ 11, ਅਤੇ ਇਹਦੇ ਵਿੱਚ ਆਪਾਂ ਨੇ ਬਹੁਤ ਮੋਡੀਫਿਕੇਸ਼ਨ ਕੀਤੀ ਹੈ, ਠੀਕ ਹੈ ਜੀ? ਅਤੇ ਹੁਣ ਆਪਾਂ ਕਰਦੇ ਹਾਂ ਸਟਾਰਟ। ਅਤੇ ਇਹਦੇ ਵਿੱਚ ਆਪਾਂ ਨੂੰ ਜਿਹੜਾ ਮੈਪ ਹੈ, ਇਹਦੇ ਵਿੱਚ ਆਪਾਂ ਨੂੰ ਸਟਾਰਟਿੰਗ ਦੇ ਵਿੱਚ 15 ਲੱਖ ਰੁਪਇਆ ਮਿਲਿਆ ਸੀਗਾ, ਜਿਹਦੇ ਵਿੱਚੋਂ ਆਪਾਂ ਨੇ ਇੱਕ ਮਸ਼ੀਨ ਲੈ ਲਈ, ਟਰੋਲੀ ਲੈ ਲਈ, ਸੀਡਰ ਲੈ ਲਿਆ, ਅਤੇ ਕਲਟੀਵੇਟਰ, ਅਤੇ ਇੱਕ ਆਪਣਾ ਨੇ ਦਿੱਤਾ ਆਪਣਾ 9-11, ਠੀਕ ਹੈ ਜੀ? ਅਤੇ ਇਹਦੇ ਵਿੱਚ ਆਪਾਂ ਨੇ ਮੈਪ ਦੇ ਵਿੱਚ ਕਿਉਂ ਚੇਂਜ ਕੀਤਾ? ਕਿਉਂਕਿ ਵੀਰੇ ਇਹਦੇ ਵਿੱਚ ਜਿਹੜਾ ਫਾਰਮ ਹੈ ਨਾ ਸਾਹਮਣੇ, ਆਪਾਂ ਨੇ ਫਾਰਮ ਖਰੀਦਣਾ ਹੈ। ਇਹ ਹਲੇ ਆਪਣੇ ਕੋਲ ਪੈਸੇ ਨਹੀਂ ਹੈ ਕਿਉਂਕਿ ਇਹ 24-24 ਲੱਖ ਰੁਪਏ ਦਾ ਫਾਰਮ ਹੈ, ਬਹੁਤ ਵੱਡਾ ਫਾਰਮ ਹੈ। ਅਤੇ ਆਪਾਂ ਨੇ ਜਿਹੜੀ ਜ਼ਮੀਨ ਖਰੀਦੀ ਹੈ ਆਪਣੇ ਕੋਲ 1 ਹੀ ਕਿੱਲਾ, 6 ਨੰਬਰ, ਠੀਕ ਹੈ ਜੀ? ਅਤੇ ਇਹਨੂੰ ਆਪਾਂ ਕਰਦੇ ਹਾਂ ਮੈਪ ਨੂੰ ਸਟਾਰਟ, ਠੀਕ ਹੈ ਜੀ? ਅਤੇ ਦੇਖਦੇ ਰਹੋ। ਸਭ ਤੋਂ ਪਹਿਲਾਂ ਆਪਣੇ ਕੋਲ ਜਦੋਂ ਆਪਣੇ ਖੇਤੀ ਸਟਾਰਟ ਕੀਤੀ ਸੀਗੀ, ਇਹਦੇ ਵਿੱਚ ਤਾਂ ਓਟ ਮਿਲੀ ਹੈ ਜਦੋਂ ਆਪਣੇ ਜ਼ਮੀਨ ਖਰੀਦੀ ਹੈ, ਇਹ ਵੱਢਣ ਵਾਲੀ ਹੋਈ ਪਈ ਹੈ। ਪਹਿਲਾਂ ਇਹਨੂੰ ਮਸ਼ੀਨ ਲਾਉਂਦੇ ਹਾਂ ਆਪਾਂ, ਇਹਦੇ ਵਿੱਚ ਇਹਨੂੰ ਕਰਦੇ ਹਾਂ ਵੱਢਣਾ ਸਟਾਰਟ। ਆਪਾਂ ਇਹਦੇ ਉੱਪਰ ਲਾ ਦਿੰਦੇ ਵੀਰੇ ਡਰਾਈਵਰ, ਠੀਕ ਹੈ ਜੀ? ਆਪਾਂ ਹੁਣ ਇਹਦੇ ਉੱਤਰ ਜਾਂਦੇ ਹਾਂ ਅਤੇ ਆਪਾਂ ਹੁਣ ਚੱਲਦੇ ਹਾਂ ਸਿੱਧਾ ਆਪਣੇ ਟਰੈਕਟਰ ਦੇ ਵਿੱਚ। ਆ ਸੀ ਬਾਬੇ ਜਿਹੜਾ ਆਪਾਂ ਨੂੰ 9-11 ਹੁਣ ਨਵਾਂ ਲੈ ਕੇ ਆਇਆ ਮੈਪ ਦੇ ਵਿੱਚ। ਟਾਇਰ ਦੇਖੋ ਤੁਸੀਂ ਇਹਦੇ, ਘੈਂਟ ਹੈ ਨਾ? ਦੱਸਿਓ ਵੀਰੇ ਕਮੈਂਟਾਂ ਦੇ ਵਿੱਚ ਕਿਵੇਂ ਦਾ ਲੱਗਿਆ ਤੁਹਾਨੂੰ ਇਹ 9-11। ਅਤੇ ਆਪਾਂ ਵੀਰੇ ਇਸ ਤੋਂ ਪਹਿਲਾਂ ਕਿ ਆਪਾਂ ਇਹਨੂੰ ਸਟਾਰਟ ਕਰਦੇ ਹਾਂ, ਆਪਾਂ ਇੱਕ ਲੈ ਲੈਂਦੇ ਹਾਂ ਉਹ ਕਮੈਂਟ ਆਪਾਂ ਲੈਂਦੇ ਹਾਂ ਪਰਾਲੀ, ਇਹ ਜਿਹੜੀ ਪਿੱਛੇ ਸਿੱਟ ਰਹੀ ਹੈ ਮਸ਼ੀਨ, ਉਹਨੂੰ ਚੱਕਣ ਵਾਲੀ ਟਰਾਲੀ। ਇਹ ਆਪਾਂ ਇਹਨਾਂ ਦੀ ਸੀਡਰ ਜੇ ਆਪਾਂ ਲੈਂਦੇ ਹਾਂ, ਨਿਊ ਹੋਲੈਂਡ ਦਾ ਆਪਾਂ ਨੂੰ ਰੈਂਟ 'ਤੇ ਮਿਲੂਗਾ 8,000 ਦੇ ਰੈਂਟ 'ਤੇ। ਯਾਰ ਬੜਾ ਮਹਿੰਗਾ ਹੈ, ਇਹਨੂੰ ਤਾਂ ਰਹਿਣ ਦਿੰਦੇ ਹਾਂ। ਇਹਨਾਂ 'ਚੋਂ ਕੋਈ ਵਹੀਕਲ ਲੈ ਲੈਣਾ ਜਿਹੜਾ ਸਟਰਾਅ ਵੀ ਚੱਕ ਸਕੇ।
ਵਰਕਿੰਗ ਸਪੀਡ ਦੀ ਕਰ ਦਿੰਦੇ ਵੱਧ ਤੋਂ ਵੱਧ। ਲੈਂਦੇ ਹਾਂ ਲੀਜ਼ 'ਤੇ। ਚਲੋ ਜੀ ਆਪਾਂ ਹੁਣ ਚੱਲਦੇ ਹਾਂ ਟਰੈਕਟਰ ਲੈ ਕੇ ਟ੍ਰਾਪ 'ਤੇ। ਔਰੰਜ ਚੈੱਕ ਕਰੋ ਬਾਪੂ ਹੁਣ ਅੱਟ ਗਿਆ। ਦੇਖੋ ਬਾਪੂ ਕਿੱਡਾ ਵੱਡਾ ਫਾਰ ਪੰਜ ਜਿਹੜਾ ਆਪਣੇ ਲੈਣਾ 24.5 ਲੱਖ ਰੁਪਏ ਦਾ ਹੈ। ਮਸ਼ੀਨ ਦਾ ਟੈਂਕ ਵੀ ਭਰਨ ਵਾਲਾ ਬਾਬੇ। ਚਲਦੀ ਚਲਦੀ ਚੱਲਦੇ ਹਾਂ ਆਪਾਂ। ਇਹਨੂੰ ਕੀ ਹੋ ਗਿਆ, ਇਹਨੂੰ ਕੀ ਹੋ ਗਿਆ ਯਾਰ, ਕੀ ਅਟਕ ਰਿਹਾ ਇਹ 'ਚ। ਕੀ ਹੋ ਗਿਆ, ਦਿੱਖ ਹੀ ਨਹੀਂ ਰਿਹਾ। ਲਓ ਜੀ ਕੀ ਹੋ ਗਿਆ ਯਾਰ। ਆਪਾਂ ਕੰਮ ਕਰਦੇ ਹਾਂ, ਆਪਾਂ ਲੈਂਦੇ ਹਾਂ ਕਲਾਸ ਵਾਲਾ, ਉਹਨੂੰ ਰਹਿਣ ਦਿੰਦੇ ਹਾਂ, ਆਹ ਠੀਕ ਰਹੂਗਾ। ਇਹਨਾਂ ਨੂੰ ਲੈ ਲੈਂਦੇ ਹਾਂ ਰੇਸ 'ਤੇ, 7,000 ਦਾ ਰੇਸ 'ਤੇ ਮਿਲ ਜੂਗਾ ਆਪਾਂ ਨੂੰ, ਉਹਨੂੰ ਰਹਿਣ ਦਿੰਦੇ ਹਾਂ, ਇਹਨੂੰ ਲਿਆਉਂਦੇ ਹਾਂ ਪਾ ਕੇ ਆਪਾਂ। ਆਪਣੀ ਮਸ਼ੀਨ ਦਾ ਟੈਂਕ ਵੀ ਭਰ ਕੇ ਬਾਬੇ, ਟਰਾਲੀ ਵੀ ਲਾਉਣੀ ਆ ਉੱਥੇ ਜਾ ਕੇ। ਜਲਦੀ ਜਲਦੀ ਚੱਲਦੇ ਹਾਂ ਫਿਰ। ਚਲੋ
ਸਟੀਅਰਿੰਗ ਚੈੱਕ ਕਰੋ ਬਾਬੇ ਟਰੈਕਟਰ ਦਾ, ਸਟੀਅਰਿੰਗ ਵੀ ਬੜਾ ਸੋਹਣਾ ਲੱਗ ਰਿਹਾ। ਕਿਵੇਂ ਲੱਗਿਆ ਵੀਰੇ ਟਰੈਕਟਰ ਜ਼ਰੂਰ ਦੱਸਿਓ, ਠੀਕ ਹੈ ਜੀ। ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਟਰੈਕਟਰ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਉਹ ਦੇਖੋ ਆਪਣੀ ਮਸ਼ੀਨ ਭਰੀ ਖੜੀ ਹੈ ਯਾਰ, ਤਾਂ ਪਹਿਲਾਂ ਤਾਂ ਆਪਾਂ ਟਰੇਲੀ ਜੋੜੀਏ ਯਾਰ, ਜਲਦੀ ਜਲਦੀ ਜਾ ਕੇ ਇਹਨੂੰ ਕੱਢ ਦਿੰਦੇ ਹਾਂ, ਇੱਥੇ ਕੱਢ ਦਿੰਦੇ ਇਹਨੂੰ, ਮੈਂ ਕਹਿੰਦਾ ਇਹ ਇੱਥੇ ਕੱਢ ਦਿੰਦੇ ਹਾਂ। ਸਾਈਡ 'ਚ ਜਾਂਦਾ ਝੋਟਾ ਖਿੱਚਦਾ ਫਿਰ ਵੇਲ ਵੇਲ ਪਹਿਲੀ ਵੇਲ ਆਉਣ ਵਾਲੀ ਹੈ ਵੀਰੇ। ਚੱਲ 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 ਅਤੇ ਤੁਹਾਨੂੰ ਮੈਂ ਦੱਸ ਦਿੰਦਾ ਵੀਰੇ, ਮੈਪ ਦੇ ਵਿੱਚ ਆਪਾਂ ਸਿਰਫ ਇਹੀ 11 ਹੀ ਟਰੈਕਟਰ ਵਰਤਾਂਗੇ, ਠੀਕ ਹੈ ਜੀ। ਇਹਦੇ ਨਾਲ ਦੇ ਹੀ ਵਰਤਾਂਗੇ ਸੇਮ, ਥੋੜ੍ਹੀ ਬਹੁਤੀ ਮੋਡੀਫਿਕੇਸ਼ਨ ਕਰ ਦਾਂਗੇ ਉਹਨਾਂ ਦੇ ਵਿੱਚ, ਅਲੱਗ ਕਰ ਦਾਂਗੇ ਥੋੜ੍ਹਾ ਜਿਹਾ ਉਹਨਾਂ ਦੇ ਵਿੱਚ, ਟਾਇਰ ਟੂਰ ਚੇਂਜ ਕਰ ਦਾਂਗੇ ਉਹਦੇ ਵਿੱਚ, ਠੀਕ ਹੈ। ਬਟ ਇਹ ਓਨਲੀ 11 ਮੋਡ ਚੈਲੰਜ ਹੈ, ਇਹਦੇ ਵਿੱਚ ਸਿਰਫ 11 ਹੀ ਟਰੈਕਟਰ ਚੱਲੂਗਾ, ਠੀਕ ਹੈ ਜੀ।
ਚਲੋ ਠੀਕ ਹੈ ਵੀਰੇ, ਮੈਂ ਬਣਾਉਣਾ ਇਹਨਾਂ ਦੀ ਬੇਲਸ, ਅਤੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲਦਾ, ਠੀਕ ਹੈ। ਅਗਲੀ ਮਿੱਟੀ ਦੇ ਵਿੱਚ ਕਲਟੀਵੇਟ ਕਰਕੇ ਆਪਾਂ ਅਗਲੀ ਵੀਡੀਓ ਦੇ ਵਿੱਚ ਬੇਲਸ ਬਣਾਵਾਂਗੇ, ਠੀਕ ਹੈ ਜੀ। ਕਲਟੀਵੇਟ ਆਪਾਂ ਫਿਰ ਉਸ ਤੋਂ ਬਾਅਦ ਕਰਾਂਗੇ, ਪਹਿਲਾਂ ਬੇਲਸ ਬਣਾਵਾਂਗੇ, ਅਤੇ ਉਦੋਂ ਤੱਕ ਮੈਂ ਫਸਲ ਵੱਢ ਲੈਣਾ, ਠੀਕ ਹੈ ਵੀਰ ਜੀ। ਅਤੇ ਜਾਣ ਤੋਂ ਪਹਿਲਾਂ ਵੀਰੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ, ਅਤੇ ਕਮੈਂਟਾਂ 'ਚ ਦੱਸਿਓ ਜ਼ਰੂਰ ਕਿ ਤੁਹਾਨੂੰ ਇਹ ਨਾਟ ਕਹਿਣਾ ਕਿੱਦਾਂ ਦਾ ਲੱਗਿਆ। ਤੁਹਾਨੂੰ ਦਿਖਾ ਦੇਣਾ ਇੱਕ ਵਾਰੀ ਫਿਰ ਲਾਸਟ ਵਾਰੀ, ਠੀਕ ਹੈ ਜੀ, ਜ਼ਰੂਰ ਦੱਸਿਓ ਵੀਰੇ। ਅਤੇ ਮੋੜ ਤਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਦੇਵਾਂਗੇ ਜ਼ਰੂਰ, ਜਲਦੀ ਹੀ। ਕਿਵੇਂ ਦਾ ਲੱਗਿਆ ਦੱਸਿਓ ਜ਼ਰੂਰ।